ਅੱਜ ਅਸੀਂ ਰਮਦਾਸ ਬਲਾਕ ਦੇ ਅੱਗੇ ਧਰਨਾ ਦਿੱਤਾ, ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ, ਖਾਸ ਕਰਕੇ ਸਰਦਾਰ ਹਰਪ੍ਰਤਾਪ ਸਿੰਘ ਜੀ ਜਨਾਲਾ ਸਾਬਕਾ MLA ਇਹ ਜਿੰਨੇ ਰਮਦਾਸ ਬਲਾਕ ਦੇ ਪਿੰਡ ਪੈਂਦੇ ਨੇ ਉਹਨਾਂ ਦੇ ਵਰਕਰ ਸਾਹਿਬਾਨ ਇੱਥੇ ਪਹੁੰਚੇ ਨੇ। ਰੋਸ ਧਰਨਾ ਅਸੀਂ ਦਿੱਤਾ BDO ਸਾਹਿਬ ਦੇ ਖਿਲਾਫ, ਮੌਜੂਦਾ ਸਰਕਾਰ ਦੇ ਖਿਲਾਫ, ਤੇ ਖਾਸ ਕਰਕੇ ਜਿਹੜੇ ਪੰਚਾਇਤ ਸੈਕਟਰੀ ਨੇ ਉਹਨਾਂ ਦੇ ਖਿਲਾਫ ਅੱਜ ਦਾ ਧਰਨਾ ਦਿੱਤਾ ਹੈ, ਕਿਉਂਕਿ 2 ਦਿਨ ਹੋ ਗਏ ਨੇ ਅਸੀਂ ਸਾਡੇ ਵਰਕਰ ਸਾਹਿਬਾਨ ਜਿਹੜੇ ਚਾਹਵਾਨ ਨੇ ਜਿਨ੍ਹਾਂ ਨੇ ਇਲੈਕਸ਼ਨਾਂ ਲੜਨੀਆਂ ਭਾਵੇਂ ਉਹ ਸਰਪੰਚੀ ਦੀਆਂ ਹੋਣ ਭਾਵੇਂ ਉਹ ਮੈਂਬਰਾਂ ਦੀਆਂ ਹੋਣ, ਉਹ ਇੱਥੇ ਆ ਕੇ ਆਪਣੀਆਂ ਚੁੱਲ੍ਹੇ ਟੈਕਸ ਦੀਆਂ ਰਸੀਦਾਂ ਮੰਗਦੇ ਨੇ, NOC ਮੰਗਦੇ ਨੇ, ਲੇਕਿਨ ਕੋਈ ਇੱਥੇ ਪੰਚਾਇਤ ਸੈਕਟਰੀ ਮੌਜੂਦ ਨਹੀਂ, ਕੋਈ ਇੱਥੇ ਕੋਈ ਇਹਨਾਂ ਦਾ ਅਫਸਰ ਮੌਜੂਦ ਨਹੀਂ। ਇਹ ਹਮੇਸ਼ਾ ਦੀ ਤਰ੍ਹਾਂ ਜੋ ਚੋਣ ਪ੍ਰਕਿਰਿਆ ਵਧੀਆ ਚੱਲਦੀ ਹੁੰਦੀ ਸੀ ਅਤੇ ਇਸ ਵਾਰ ਜੋ ਆਮ ਆਦਮੀ ਦੀ ਸਰਕਾਰ ਦੀ ਹੈਗੀ ਹੈ ਵਰਕਿੰਗ ਉਹ ਸਾਹਮਣੇ ਆਈ ਹੈ। ਸਾਰਿਆਂ ਨੂੰ ਅਫਸਰਾਂ ਨੂੰ ਹਦਾਇਤਾਂ ਮਿਲੀਆਂ ਨੇ ਕਿ ਕਾਂਗਰਸ ਪਾਰਟੀ ਅਤੇ ਦੂਜੀਆਂ ਪਾਰਟੀਆਂ ਨੂੰ ਕੋਈ ਰਸੀਦਾਂ ਨਾ ਮਿਲਣ, ਕੋਈ ਉਹਨਾਂ ਨੂੰ ਕਾਗਜ਼ ਪੱਤਰ ਨਾ ਦਿੱਤਾ ਜਾਏ ਤਾਂ ਕਿ ਇਹ ਸਿੱਧੇ ਤੌਰ 'ਤੇ ਇਹਨਾਂ ਦੇ ਜਿਹੜੇ ਆਮ ਆਦਮੀ ਦੇ ਵਰਕਰ ਨੇ ਉਹ ਚੋਣ ਜਿੱਤ ਸਕਣ। ਲੇਕਿਨ ਇਹਨਾਂ ਨੂੰ ਵੀ ਵਿੱਚੋਂ ਪਤਾ ਕਿ ਜਿਹੜੇ ਲੋਕ ਨੇ ਸਧਾਰਨ ਲੋਕ ਨੇ ਪਿੰਡਾਂ ਦੇ ਉਹ ਆਮ ਆਦਮੀ ਪਾਰਟੀ ਦੇ ਉਲਟ ਨੇ ਅਤੇ ਨਾਲ ਕਾਂਗਰਸ ਪਾਰਟੀ ਦੇ ਜਿੰਨੇ ਵਰਕਰ ਨੇ ਉਹਨਾਂ ਦਾ ਮਨੋਬਲ ਬਹੁਤ ਤਗੜਾ ਹੈ ਅਤੇ ਬੜੇ ਚੰਗੇ ਢੰਗ ਨਾਲ ਉਹ ਮਿਹਨਤ ਕਰ ਰਹੇ ਨੇ ਅਤੇ ਹੁਣ ਮੈਨੂੰ ਇੰਨਾ ਵੀ ਯਕੀਨ ਹੈ ਕਿ ਜਿੰਨੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ 'ਚ ਕਾਂਗਰਸ ਪਾਰਟੀ ਦੇ ਵੱਡੇ ਤੌਰ 'ਤੇ ਸਰਪੰਚ ਜਿੱਤਣਗੇ। ਸੋ ਅੱਜ ਦਾ ਜਿਹੜਾ ਰੋਸ ਧਰਨਾ ਇਸ ਅਸੀਂ ਕਾਰਨ ਦਿੱਤਾ ਗਿਆ। ਪੰਚਾਇਤ ਦੀਆਂ ਇਲੈਕਸ਼ਨਾਂ ਅਨਾਊਂਸ ਹੋਈਆਂ ਔਰ ਪੰਚਾਇਤ ਦੀਆਂ ਇਲੈਕਸ਼ਨਾਂ ਦਾ ਜਦੋਂ ਪ੍ਰੋਸੈਸ ਸ਼ੁਰੂ ਹੁੰਦਾ ਹੈ ਉਹ ਇਲੈਕਸ਼ਨ ਕਮਿਸ਼ਨ ਬੜੇ ਬਾਖੂਬੀ ਢੰਗ ਤਰੀਕੇ ਨਾਲ ਉਹ ਦੱਸ ਦਿੰਦੀ ਆ ਵੀ ਕਿੱਦਾਂ ਇਲੈਕਸ਼ਨ ਲੜਨੀ ਹੈ, ਉਹਨਾਂ ਨੇ ਰੂਲਸ ਵੀ ਦੱਸਦੇ ਅਤੇ ਫਾਈਲਾਂ ਕਿੱਦਾਂ ਭਰਨੀਆਂ ਨੇ ਉਹ ਵੀ ਦੱਸਦੀਆਂ ਔਰ ਬੜਾ ਕਲੀਅਰ ਕੱਟ ਹੈ ਵੀ ਕੋਈ ਵੀ ਵਿਅਕਤੀ ਜਿਹੜਾ ਇਲੈਕਸ਼ਨ ਲੜਨੀ ਚਾਹੁੰਦਾ ਜੇ ਉਹਨੂੰ ਕਿਸੇ ਕਾਗਜ਼ ਦੀ ਲੋੜ ਹੈ ਤੇ BDO ਸਾਹਿਬ ਤੇ ਉਹਨਾਂ ਦਾ ਸਟਾਫ ਹਮੇਸ਼ਾ ਹੀ ਇੱਥੇ ਜਿਹਨੋਂ ਇਲੈਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਹੋਏਗਾ ਔਰ ਜਿਹੜਾ ਵਿਅਕਤੀ ਆਏਗਾ ਜਿਹੜੀ ਚੀਜ਼ ਦੀ ਲੋੜ ਉੱਥੋਂ ਲੈ ਕੇ ਚਲੇ ਜਾਏਗਾ। ਲੇਕਿਨ ਇਹਨਾਂ ਨੇ ਉਹਨਾਂ ਦੀਆਂ ਹਦਾਇਤਾਂ ਤੋਂ ਉਲਟ ਸਾਰੇ ਪੰਚਾਇਤ ਸੈਕਟਰੀ ਆਪਣੇ ਘਰ ਬੁਲਾ ਲਏ ਔਰ ਉਹਨਾਂ ਨੂੰ ਹਦਾਇਤ ਕਰਤੀ ਕਿ ਤੁਸੀਂ ਕਿਸੇ ਨੂੰ ਚੁੱਲ੍ਹਾ ਟੈਕਸ ਨਹੀਂ ਦੇਣਾ, ਕਿਸੇ ਨੂੰ NOC ਨਹੀਂ ਦੇਣੀ। ਕੋਈ ਪਹਿਲਾਂ ਤਾਂ ਸਾਨੂੰ ਆਪਣੀਆਂ ਵੋਟਰ ਸੂਚੀ ਨਹੀਂ ਸੀ ਦਿੰਦੇ, ਬੜੀ ਮੁਸ਼ਕਿਲ ਅਸੀਂ ਵੋਟਰ ਸੂਚੀਆਂ ਲਈਆਂ, ਉਹ ਵੀ SCM ਸਾਹਿਬ ਦੇ ਦਫ਼ਤਰੋਂ ਲਈਆਂ। ਹੁਣ ਜਿਹੜੀ ਦਿੱਕਤ ਆ ਰਹੀ ਹੈ ਉਹ ਆ ਰਹੀ ਹੈ NOC ਦੀ ਅਤੇ ਨਾਲ ਚੁੱਲ੍ਹਾ ਟੈਕਸ ਦੀ। ਅੱਜ ਜਿਹੜਾ ਧਰਨਾ ਲੱਗਣ ਜਾ ਰਿਹਾ ਹੈ ਔਰ ਜਿਹੜੇ ਅਸੀਂ ਧਰਨੇ 'ਤੇ ਬੈਠੇ ਹਾਂ ਇਹੋ ਹੀ ਕਾਰਨ ਹੈ ਵੀ ਨਾ ਤਾਂ BDO ਸਾਹਿਬ ਸੁਣਵਾਈ ਕਰ ਰਹੇ ਨੇ ਅਤੇ ਨਾ ਕੋਈ ਉੱਥੇ ADC ਜਿਹੜੇ ਮੈਮ ਨੇ ਡਿਵੈਲਪਮੈਂਟ ਜਿਨ੍ਹਾਂ ਦੀ ਇਸ ਵੇਲੇ ਸਾਰੀ ਜ਼ਿੰਮੇਵਾਰੀ ਆ ਸਾਡੇ ਅੰਮ੍ਰਿਤਸਰ ਸ਼ਹਿਰ, ਉਹਨਾਂ ਦੇ ਹੱਥ ਵੀ ਖੜੇ ਨੇ। ਉਹ ਆਪਣਾ ਰਿਟਰਨ ਅਤੇ ਆਪਣਾ ਹੁਕਮ ਦਿੰਦੇ ਨੇ ਟੈਲੀਫੋਨਿਕਲੀ, ਉਹ ਵੀ ਨਹੀਂ ਕਿਸੇ ਪੰਚਾਇਤ ਸੈਕਟਰੀ ਦੇ BDO ਨੇ ਸੁਣਿਆ। ਅਸੀਂ ਲੱਭ ਥੱਕ ਗਏ BDO ਆਪਣੇ ਜਿੰਨੇ ਪੰਚਾਇਤ ਸੈਕਟਰੀ ਨੇ ਫੋਨ ਉਹਨਾਂ ਬੰਦ ਕੀਤੇ ਨੇ ਔਰ ਕਿਸੇ ਨੂੰ ਕੋਈ ਕਾਗਜ਼ ਨਹੀਂ ਮਿਲ ਰਿਹਾ। ਅੱਜ ਅਸੀਂ ਇਹਨਾਂ ਕੋਲ ਆਸ਼ਵਾਸਨ ਦੇ ਕੇ ਲੈ ਕੇ ਜਾਣਾ ਵੀ ਕੋਈ ਵਿਅਕਤੀ ਸਾਡਾ ਇੱਥੇ ਆਉਂਦਾ ਜਿਹੜਾ ਕਾਗਜ਼ ਭਰਨੀ ਚਾਹੁੰਦਾ ਤੇ ਉਹਨੂੰ ਤੁਸੀਂ ਲਾਜ਼ਮੀ ਤੌਰ ਤੇ ਚੁੱਲ੍ਹਾ ਟੈਕਸ NOC ਦਿੱਤੀ ਜਾਵੇ, ਕਿਸੇ ਚੀਜ਼ ਦੀ ਹੋਰ ਲੋੜ ਹੈ ਉਹ ਵੀ ਸਾਨੂੰ ਦਿੱਤੀ ਜਾਵੇ, ਸਾਡੀਆਂ ਫਾਈਲਾਂ ਜਿਹੜੀਆਂ ਨੇ ਉਹ ਸਾਡੀਆਂ ਤੁਸੀਂ ਤਰੀਕੇ ਦੇ ਨਾਲ ਉਹ ਲੈ ਲਓ, ਜੋ ਸਿਸਟਮ ਹੈ ਉਹਨੂੰ ਅਡੋਪਟ ਕਰੋ, ਧੱਕਾਸ਼ਾਹੀ ਨਾ ਕਰੋ। ਇਸ ਵੇਲੇ ਜੋ ਲੱਗਦਾ ਪਿੰਡਾਂ 'ਚ ਜਿਸ ਤਰੀਕੇ ਨਾਲ ਇਹਨਾਂ ਸਰਕਾਰ ਦਾ ਵਤੀਰਾ ਆ, ਲੋਕ ਇਹਨਾਂ ਦੇ ਤਰੀਕੇ ਤੋਂ ਨਾਰਾਜ਼ ਹੋ ਕੇ ਤੇ ਇਹਨਾਂ ਦੇ ਉਲਟ ਜਾ ਰਹੇ ਔਰ ਦੇਖਿਓ ਜਿਹਨਾਂ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਸਰਪੰਚ ਬਣਾਉਣਾ, ਲੋਕਾਂ ਨੇ ਉਹਨਾਂ ਦੇ ਉਲਟ ਵੋਟਾਂ ਪਾ ਕੇ ਉਹਨਾਂ ਨੂੰ ਹਰਾਉਣਾ,
ਆਪਣਾ ਬੰਦਾ ਜਿਤਾਉਣਾ। ਜੇ ਤੁਸੀਂ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ ਨਾ, ਤੇ ਉਹਨਾਂ ਨੂੰ ਤੁਸੀਂ ਜਿੱਤ ਕੇ ਲਵੋ, ਉਹਨਾਂ ਦੀ ਸੇਵਾ ਕਰਕੇ ਲਓ। ਤੁਸੀਂ ਦੱਬੇ ਮਾਰਦੇ ਹੋ ਕਿ ਮੈਂ ਤਾਂ ਇਹਨੂੰ ਬਣਾਉਣਾ, ਹੋਰ ਕਿਸੇ ਦੀ ਜ਼ਰੂਰਤ ਨਾ ਹੋਵੇ ਕੋਈ ਖਲੋਣ ਦੀ। ਇੱਥੋਂ ਨਿਕਲ ਜਾਓ, ਇੱਥੋਂ ਦੌੜ ਜਾਓ। ਉਹ ਲੋਕਾਂ ਦੇ ਮਨ 'ਚ ਬਹਿ ਗਈ ਆ। ਔਰ ਸਾਨੂੰ ਇਸ ਗੱਲ ਦਾ ਇੰਨਾ ਕੁ ਫਾਇਦਾ ਹੋਣ ਡਿਆ, ਜਿਸ ਤਰੀਕੇ ਨਾਲ ਇਲੈਕਸ਼ਨ ਚੱਲਣ ਡਈ ਆ, ਲੋਕ ਸਾਡੇ ਨਾਲ ਜੁੜਦੇ ਜਾਂਦੇ ਨੇ। ਸਾਨੂੰ 2027 ਦਾ ਟੀਚਾ, ਔਰ ਆਹੋ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਨੇ ਨਾ, ਇਹਨਾਂ ਨੇ ਸਾਡਾ ਮੁੱਢ ਅਸਲੀ ਬੰਨਣਾ ਹੈ, ਔਰ ਲੋਕਾਂ ਦੇ ਨਾਲ ਜੁੜਨਾ ਹੈ। ਔਰ ਤੁਸੀਂ ਦੇਖਿਓ ਵੀ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਬਣਨੀ ਆ, ਬਣਾਉਣੀ ਭਰਾਵਾਂ ਨੇ ਆ, ਇਹਨਾਂ ਲੋਕਾਂ ਨੇ ਬਣਾਉਣੀ ਆ ਜਿਹੜੇ ਇਸ ਵੇਲੇ ਦੁਖੀ ਹੋਏ ਬੈਠੇ ਨੇ। ਸੋ ਇਹ ਜਿਹੜਾ ਧਰਨਾ ਆ, ਇਹਨਾਂ ਸੰਬੰਧ 'ਚ ਆਏ ਆ। ਬੀ ਡੀ ਓ ਸਾਹਿਬ ਨੂੰ ਅਸੀਂ ਮੈਮੋਰੈਂਡਮ 'ਤੇ ਕੀ ਦੇਣਾ ਆ, ਚੇਤਾਵਨੀ ਦੇ ਕੇ ਚੱਲੇ ਆ। ਐਸ ਡੀ ਐਮ ਸਾਹਿਬ ਨਾਲ ਵੀ ਗੱਲ ਹੋਈ ਆ, ਏ ਡੀ ਸੀ ਮੈਮ ਨਾਲ ਵੀ ਗੱਲ ਹੋਈ ਆ, ਉਹਨਾਂ ਨੇ ਦੱਸ ਕੇ ਆਇਆ ਵੀ ਅਸੀਂ ਉੱਥੇ ਧਰਨਾ ਦੇਣ ਜਾ ਰਹੇ ਹਾਂ, ਔਰ ਤੁਹਾਡੇ ਪੰਚਾਇਤ ਸੈਕਟਰੀ ਅਸੀਂ ਚੈੱਕ ਕਰ ਰਹੇ ਹਾਂ ਵੀ ਉੱਥੇ ਬੈਠਦੇ ਨੇ, ਸਾਨੂੰ ਚੋਲਾ ਟੈਕਸ ਦਿੰਦੇ ਨੇ, ਸਾਨੂੰ ਐਨ ਓ ਸੀ ਦਿੰਦੇ ਆ ਕਿ ਨਹੀਂ ਦਿੰਦੇ, ਇਹ ਅਸੀਂ ਵਿਸ਼ਵਾਸ ਦਿੰਦੇ ਨਾ ਕੋਲ। ਨਹੀਂ ਨਹੀਂ ਕੁਛ ਕੋਈ ਏਦਾਂ ਦੀ ਗੱਲ ਨਹੀਂ, ਸਵੇਰ ਦੇ ਮੇਰੇ ਦਫ਼ਤਰ ਚ ਬੈਠੇ ਹੋਏ ਆ, ਕੋਈ ਗੱਲ ਨਹੀਂ, ਸਾਰੇ ਇੱਥੇ ਹਾਜ਼ਰ। ਬਿਲਕੁਲ, ਧੰਨਵਾਦ ਜੀ ਸਾਰਿਆਂ ਦਾ ਤੁਹਾਡਾ।